ਮੈਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹ ਤੁਸੀਂ ਸਾਰੇ ਜਾਣੇ ਵੀਰ ਜੀ ਆਹ ਲੈਟ ਥੋੜ੍ਹੀ ਜਿਹੀ ਘੱਟ ਕਰ ਲਓ, ਤੁਸੀਂ ਸਾਰੇ ਜਾਣੇ ਸਾਡੇ ਜਿਉਂਦੇ 'ਤੇ ਸਾਡੇ ਇਨਵੀਟੇਸ਼ਨ 'ਤੇ ਇੱਥੇ ਆਏ ਹੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰੇ ਲੀਡਰ ਸਾਹਿਬਾਨ ਸਾਡੇ ਰਾਣਾ ਜੀ, ਸਾਡੇ ਦੋਨੋਂ ਪ੍ਰਧਾਨ ਜ਼ਿਲ੍ਹਿਆਂ ਦੇ ਅਤੇ ਸਾਡੇ MLA ਸਾਹਿਬਾਨ, XML ਸਾਹਿਬਾਨ, ਉਹ ਵੀ ਇੱਥੇ ਹਾਜ਼ਰ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ। ਅਤੇ ਮੈਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਦੇਹ ਸ਼ਿਵਾ ਬਰਮੋਹੇ ਹੈ, ਸ਼ੁਭ ਕਰਮਨ 'ਤੇ ਕਾਬੂ ਨਾ ਡਰ ਜੀ, ਇਹੀ ਮੇਰੀ ਅਰਦਾਸ ਹੈ। ਬਾਕੀ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਿਹਾ ਹੈ, ਕਰਤੇ ਹੋ ਤੁਮ ਕਨ੍ਹਈਆ ਮੇਰਾ ਨਾਮ ਹੋ ਰਿਹਾ ਹੈ। ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮਰ ਹੈ, ਕਵਿਤਾਸ ਰਹੇ ਪ੍ਰਸੰਨ। ਸੋ ਮੈਂ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ, ਆਪਣੇ ਲੀਡਰ ਸਾਹਿਬਾਨ ਦਾ ਅਤੇ ਇੱਥੋਂ ਦੇ ਲੀਡਰ ਸਾਹਿਬਾਨ ਦਾ, ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ MP ਦੀ ਚੋਣ ਲੜਾਂ। ਉਸ ਲਈ ਮੈਂ ਪਾਰਟੀ ਦਾ, ਹਾਈ ਕਮਾਂਡ ਦਾ ਅਤੇ ਇੱਥੋਂ ਦੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਅਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸਿਫਾਰਸ਼ ਕੀਤੀ ਹੈ, ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਲੰਧਰ ਦੇ ਨਾਲ ਮੇਰਾ ਲਗਾਓ ਹੈ, ਅੱਜ ਦਾ ਨਹੀਂ ਹੈ, ਬਹੁਤ ਪੁਰਾਣਾ। ਸਾਡੇ ਬਜ਼ੁਰਗ ਪਹਿਲਾਂ ਦੁਆਬੇ 'ਚ ਰਹਿੰਦੇ ਸੀ, ਪੁਆਰ ਸਾਡਾ ਗੋਤ ਹੈ, ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੈ ਅਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ 'ਤੇ ਮੱਥਾ ਟੇਕਣ ਆਉਂਦੇ। ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ, ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਅਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਬਤੌਰ MC, ਸਕੂਲ ਪ੍ਰਧਾਨ, ਕਾਲਜ ਪ੍ਰਧਾਨ, ਸ਼ਹਿਰ ਖਰੜ ਦੇ ਪ੍ਰਧਾਨ, ਚਮਕੌਰ ਸਾਹਿਬ ਦੇ MLA, ਮੰਤਰੀ, ਔਰ 3 ਮਹੀਨੇ ਮੁੱਖ ਮੰਤਰੀ ਦੇ ਤੌਰ 'ਤੇ ਆਪਣੇ ਵੱਲੋਂ ਸੇਵਾ ਕੀਤੀ ਹੈ। ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਿਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲ ਗਈਆਂ, ਜਿਹਦੇ 'ਚ ਪਾਰਕਾਂ ਵੀ ਹੈ, ਜਿਹਦੇ 'ਚ ਕਮਿਊਨਿਟੀ ਸੈਂਟਰ ਵੀ ਹੈ, ਜਿਹਦੇ 'ਚ ਗਰਾਊਂਡ ਵੀ ਹੈ, ਜਿਹਦੇ 'ਚ ਗੇਟ ਵੀ ਹੈ, ਜਿਹਦੇ 'ਚ ਸੁੰਦਰਤਾ ਵੀ ਹੈ। ਅਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕਿ ਜੀ ਪਛਾਣਿਆ ਨਹੀਂ ਜਾਣਾ, ਅਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ। ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿੱਲਾ ਸੀ, ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਵੀ ਹੈ। ਫਿਰ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ, ਉੱਥੇ ਗਲਿਆਰਾ ਬਣਾਇਆ, ਇੰਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ, ਅਤੇ ਗੇਟ ਬਣ ਗਏ ਆ ਉੱਥੇ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੇ ਨਾਮ 'ਤੇ ਗੇਟ ਬਣੇ ਹੈ। ਪੂਰੇ ਸਿੱਖ ਇਤਿਹਾਸ ਨੂੰ ਫਿਲਮਾਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ। ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ, ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ। ਯੂਨੀਵਰਸਿਟੀ ਉੱਥੇ ਬਣ ਰਹੀ ਹੈ, ਉੱਥੇ 2 ITI ਕਾਲਜ ਬਣ ਰਹੇ ਹੈ, ਉੱਥੇ ਗਰਾਊਂਡ ਬਣੇ ਹੈ, ਉੱਥੇ ਸਕੂਲ, ਮਾਡਲ ਸਕੂਲ ਬਣਿਆ ਖਰੜ, ਜਿਹਦੇ ਵਿੱਚ 4700 ਬੱਚਾ ਪੜ੍ਹਦਾ ਹੈ। ਇਹ ਮੇਰਾ ਮਾਡਲ ਹੈ ਸਕੂਲਾਂ ਦਾ, ਉਹਦੇ 'ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮੀਨੈਂਸ ਲਿਖਾ ਤਾ, ਸਕੂਲ ਮੈਂ ਬਣਾਇਆ ਹੋਇਆ।
4700 ਬੱਚਾ ਇੱਕੋ ਸਰਕਾਰੀ ਸਕੂਲ 'ਚ ਹੈ ਪੰਜਾਬ 'ਚ। ਉਹ ਮੈਂ ਮਾਡਲ ਸਕੂਲ ਬਣਾਇਆ ਸੀ, ਉਸ ਸਮੇਂ MLA ਸਾਡੇ ਵੀਰ ਦਵਿੰਦਰ ਸੀ। ਮੇਰੇ ਪਾਸ ਇੱਕ ਸੋਚ ਹੈ, ਇੱਕ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ, ਕਿਉਂਕਿ ਆਟਾ ਦਾਲ ਦੇਣ ਦੇ ਨਾਲ ਕਿਸੇ ਨੇ ਅਮੀਰ ਨਹੀਂ ਹੋ ਜਾਣਾ। ਬਿਜਲੀ ਵੀ 200 ਯੂਨਿਟ ਸੀ ਪਹਿਲਾਂ, ਹੁਣ 300 ਕਰਤੀ, ਉਹਦੇ ਨਾਲ ਵੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਨਹੀਂ ਆ ਜਾਣੀ। ਖੁਸ਼ਹਾਲੀ ਆਉਣੀ ਹੈ ਜਦ ਐਜੂਕੇਸ਼ਨ ਆਏਗੀ। ਉਹ ਮੈਂ ਕੰਮ ਕੀਤਾ, ਖਰੜ ਦੇ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਖੋਲ੍ਹੀ, ਉਹਦੀ ਬਿਲਡਿੰਗ ਬਣ ਰਹੀ ਹੈ, ਕਾਲਜ ਖੋਲ੍ਹੇ ਹੈ। ਸਾਨੂੰ ਪੜ੍ਹਾਈ ਦੀ ਲੋੜ ਹੈ, ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦੀ ਲੋੜ ਹੈ। ਆਟਾ ਦਾਲ ਤਾਂ ਅਸੀਂ ਆਪੇ ਖਰੀਦ ਲਾਂਗੇ, ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ। ਸਾਨੂੰ ਸਕਸ਼ਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ, ਉਹ ਮੇਰਾ ਮਾਡਲ ਹੈ। ਮੇਰਾ ਮਾਡਲ ਇਹ ਫਰੀ ਚੀਜ਼ਾਂ ਵੰਡਣਾ ਨਹੀਂ ਹੈ, ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ, ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ। ਇਹ ਮੇਰਾ ਮਾਡਲ ਹੈ। ਅਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ, ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ, ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ। ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਹੀ ਨਹੀਂ, ਪੰਜਾਬ ਦਾ ਅਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ, ਚਾਹੇ ਉਹ UK ਹੈ, ਚਾਹੇ USA ਹੈ, ਚਾਹੇ ਕੈਨੇਡਾ, ਚਾਹੇ ਹੋਰ ਦੇਸ਼ ਹੈ। ਇੱਥੇ ਦੇ NRI ਨੇ ਕਮਾਲ ਕਰਤੀ ਹੈ, ਸਾਡਾ ਨਾਮ ਉੱਚਾ ਕੀਤਾ। ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ, ਉਹ ਸਾਡਾ ਨਾਮ ਰੋਲ ਰਹੇ ਹੈ, ਸਾਡੇ ਨੂੰ ਬਦਨਾਮ ਕਰ ਰਹੇ ਹੈ, ਗਲੀ ਗਲੀ ਦੇ ਵਿੱਚ ਵਿਕ ਰਹੇ ਹੈ, ਦਰ ਦਰ 'ਤੇ ਘੁੰਮਦੇ ਹੈ ਵਿਕਣ ਵਾਸਤੇ। ਪਹਿਲਾਂ ਇੱਕ ਪਾਰਟੀ ਜਾਂਦੇ ਹੈ, ਫਿਰ ਦੂਸਰੀ ਜਾਂਦੇ ਹੈ, ਫਿਰ ਤੀਸਰੀ ਚਲੇ ਜਾਂਦੇ, ਚੌਥੀ ਦਾ ਪਤਾ ਕੋਈ ਨਹੀਂ ਕਦ ਚਲੇ ਜਾਣ। ਇਹ ਹਾਲਾਤ ਸਾਡੇ MP ਲੈਵਲ ਦੇ ਅਤੇ MLA ਲੈਵਲਾਂ ਦੇ ਲੀਡਰ ਦਾ ਹੈ, ਜਿਹੜੇ ਬਕਾਊ ਹੋ ਚੁੱਕੇ ਹੈ ਅਤੇ ਗੰਧਲਾ ਕਰਿਆ ਸਿਸਟਮ ਨੂੰ BJP ਨੇ ਖਾਸ ਤੌਰ 'ਤੇ, ਅਤੇ ਆਮ ਆਦਮੀ ਪਾਰਟੀ ਨੇ ਖਾਸ ਤੌਰ 'ਤੇ। ਇੱਥੇ ਰਿੰਕੂ ਕਾਂਗਰਸ 'ਚੋਂ ਗਿਆ, ਅਸੀਂ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ। ਲੇਕਿਨ ਜਦ ਉਹ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ, ਕਿਉਂਕਿ ਉਹਦਾ ਤਾਂ ਕਿਰਦਾਰ ਹੀ ਕੋਈ ਨਹੀਂ ਬਚਿਆ, ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ, ਜਾਂ ਦੂਸਰੀ ਟੱਪੀ, ਜਾਂ ਫਿਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਨੇ। ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਵੋਟ ਨਾ ਪਾਓ, ਕਿਸੇ ਨੂੰ ਨਾ ਪਾਓ ਜਿਹੜੇ ਆਪਣੀ ਮਾਂ ਪਾਰਟੀ ਦੇ ਮੂੰਹ 'ਤੇ ਚਪੇੜ ਮਾਰ ਕੇ ਜਾਂਦੇ ਹੈ, ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ, ਜਿਹੜੇ ਉਹਨੂੰ ਧੋਖਾ ਦੇ ਕੇ ਜਾਂਦੇ ਹੈ। ਸੋ ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ, ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ। ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਕਿਹਦੀ ਚੈਨ ਕਦ ਕੋਈ ਖੋਲ੍ਹਵੇ ਕੋਈ ਪਤਾ ਨਹੀਂ, ਕਿਹਦੀ ਕੋਈ ਮੋਬਾਈਲ ਚੱਕ ਲੈ ਜਾਵੇ ਜਾਂ ਕਿਹਨੂੰ ਧਮਕੀ ਆ ਜਾਵੇ, ਕੀ ਤੋਂ ਅੰਦਰ ਖਾਤੇ ਪੈਸੇ ਲਈ ਜਾਂਦੇ ਪਤਾ ਨਹੀਂ ਲੱਗ ਰਿਹਾ। ਲੇਕਿਨ ਲੋਅ ਐਂਡ ਆਰਡਰ ਦੇ ਹਾਲਾਤ ਬਹੁਤ ਮਾੜੇ ਹੈ, ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ, ਅਤੇ ਨਾਲ ਨਾਲ ਇੱਥੇ ਸੱਟਾ ਚੱਲਦਾ ਹੈ, ਨਾਲ ਨਾਲ ਇੱਥੇ ਜੂਏ ਦੇ ਅੱਡੇ ਚੱਲਦੇ ਹੈ, ਨਾਲ ਨਾਲ ਇੱਥੇ ਨਸ਼ੇ ਵਿਕਦੇ, ਅਤੇ ਉਹਨੂੰ ਚਲਾਉਂਦੇ ਹੈ ਇੱਥੋਂ ਦੇ ਲੀਡਰ। ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ, ਅਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ, ਅਤੇ ਮਾਫੀਆ ਪਿੱਛੇ ਹੁੰਦੀਆਂ, ਅਤੇ ਸਮਝੌਤੇ ਵੀ ਇਸੇ ਕਰਕੇ ਹੁੰਦੇ, ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਇਸ ਕਰਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ,
ਕਿਸੇ ਨੂੰ ਸਿੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਅਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਘੁਮਾਈ ਜਾਂਦੇ, ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ ਉਸ ਤਰ੍ਹਾਂ ਕਦੇ ਇੱਧਰ ਗੇਰ ਲੈਂਦੇ ਇਹਨਾਂ ਨੂੰ, ਕਦੇ ਇੱਧਰ ਗੇਰ ਲੈਂਦੇ। ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਉੱਥੇ, ਮੈਂ ਉਹਨਾਂ ਦਾ ਅੱਜ ਆਸ਼ੀਰਵਾਦ ਲੈ ਕੇ ਆਇਆ ਇੱਥੇ, ਬਬਰੂ ਰਾਮ ਜੀ ਦਾ ਆਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦਿਓ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ। ਅਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੇਰੇ ਸ਼੍ਰੀ ਕ੍ਰਿਸ਼ਨ ਹੋ, ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ। ਮੈਂ ਸੇਵਕ ਬਣ ਕੇ ਆਇਆ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ, ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਅਤੇ ਸੇਵਾ ਕਰਾਂਗਾ। ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ, ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ, ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਅਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ। ਜਿਸ ਤਰ੍ਹਾਂ ਪਹਿਲਾਂ ਫੁੱਟਬਾਲ ਫੀਫਾ ਦੀ ਇੱਥੇ ਜਮੜ ਕੇ ਜਾਂਦੀ ਸੀ, ਉਹ ਚੀਜ਼ਾਂ ਦੁਬਾਰੇ ਆਉਣਗੀਆਂ ਅਤੇ ਇਹ ਇੰਡਸਟਰੀ ਜਦ ਦੁਬਾਰੇ ਵਧੇਗੀ ਇੱਥੇ ਦੀ। ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ। ਅਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮਿਨਿਸਟਰ ਹੈ, ਲੇਕਿਨ ਝਾੜੂ ਵਾਲਿਆਂ 'ਤੇ ਝਾੜੂ ਵੀ ਨਹੀਂ ਮਰਵਾ ਹੁੰਦਾ। ਇੱਥੇ ਗੰਦਗੀ ਪਈ ਹੈ ਸਾਰੇ ਪਾਸੇ, ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ, ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਲੋਕਾਂ ਵਾਸਤੇ ਰੁਜ਼ਗਾਰ ਦੇ ਸਾਧਨ ਨਹੀਂ। ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਉਣੀ ਹੈ, ਹਾਲਾਂਕਿ PTU ਇੱਥੋਂ ਦੂਰ ਹੈ, ਉਹ ਟੈਕਨੀਕਲੀ ਪੜ੍ਹਾਈ ਦਿੰਦੀ ਹੈ ਇਕੱਲੀ, ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ, ਉਹਨਾਂ ਦੀ ਇੰਪਲਾਈਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ, ਉਹ ਆਪ ਕਮਾਉਣ ਵਾਲੇ ਹੋਣ। ਅਤੇ ਨਾਲ ਨਾਲ ਇੱਕ ਸ਼ਾਨਦਾਰ ਹੋਸਪਿਟਲ ਇੱਥੇ PGI ਲੈਵਲ ਦਾ ਚਾਹੀਦਾ, ਜਿਹਦੀ ਜ਼ਰੂਰਤ ਹੈ, ਤਾਂ ਕਿ ਗਰੀਬ ਆਦਮੀ ਸਰਕਾਰੀ ਹੋਸਪਿਟਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ, ਜਿਹੜਾ ਕਿ ਇੱਥੇ ਵਾਂਝਾ ਰੱਖਿਆ ਹੋਇਆ। ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ, ਲੇਕਿਨ ਅੱਜ ਤੱਕ ਇਹਨਾਂ ਨੇ ਸਿਰੇ ਨਹੀਂ ਚੜ੍ਹਾਇਆ, ਉਹ ਬਣਿਆ ਨਹੀਂ ਪੂਰਾ। ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਐਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਈਆ ਪਾਸ ਕਰਕੇ ਕੈਬਨਿਟ 'ਚ 25 ਕਰੋੜ ਦਾ ਚੈੱਕ ਦੇ ਕੇ ਗਿਆ, ਇਹਨਾਂ ਦੇ ਖਾਤੇ ਵਿੱਚ ਆ ਗਿਆ, ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ। ਫਿਰ ਵੋਟਾਂ ਆ ਗਈਆਂ, ਫਿਰ ਮੁੱਖ ਮੰਤਰੀ ਜੀ ਉੱਥੇ ਇੱਕ ਚੈੱਕ ਲੈ ਕੇ ਪਹੁੰਚ ਗਏ ਵੀ ਲਓ ਜੀ ਅਸੀਂ ਦੇ ਦਿੰਦੇ ਹਾਂ। 11 ਮਹੀਨੇ ਵੋਟਾਂ ਪਈਆਂ ਨੂੰ ਹੋ ਗਿਆ, ਅੱਜ ਤੱਕ 1 ਰੁਪਈਆ ਉਹਦੇ 'ਚੋਂ ਕਢਾਇਆ ਨਹੀਂ, ਕੋਈ ਕੁਛ ਨਹੀਂ ਕੀਤਾ, ਸਾਰੇ ਲਾਰੇ ਦੇ ਰਹੇ। ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ DCM ਦਲਿਤ ਬਣਾਵਾਂਗੇ, ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਹੈ। ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ ਇੱਥੇ, ਮੁੱਖ ਮੰਤਰੀ ਨੇ ਫਿਰ ਐਲਾਨ ਕਰਿਆ ਕੇਜਰੀਵਾਲ ਨੇ ਆ ਕੇ ਕਿ ਜੀ ਇੱਥੇ DCM ਦਲਿਤ ਵਰਗ ਦਾ ਬਣੇਗਾ। ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਹੈ।